ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਰੋਡੇ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145400968। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਤਾਜ਼ੀ ਸੂਈ ਸਵਾਈ ਵਹਿੜ ਵਿਖਾਉਣੀ ਹੈ, ਚੰਗੇ ਦੁੱਧ ਵਾਲੀ। ਜੇਰ ਮੇਰੇ ਅੱਜ ਤੋਂ ਹੀ ਪਈ ਆ, ਹੁਣੇ ਹੀ ਪਈ ਆ, ਸਾਫ ਜਾਲਾ ਮਾਰ ਗਈ। ਬਾਕੀ ਬੱਠਲ ਜੇਰ ਤਾਂ ਤੁਸੀਂ ਸਕਰੀਨ 'ਤੇ ਵੇਖ ਹੀ ਰਹੇ ਹਾਂ। ਫੁੱਲ ਵੱਡੀ ਬੱਚੀ ਆ, ਚੰਗੇ ਦੁੱਧ ਵਾਲੀ, ਮੱਝਾਂ ਵਰਗਾ ਦੁੱਧ ਆਊ, ਕੌਫੀ ਕਲਰ ਦੀ ਜਰਸੀ ਆ। ਇਨਫੋਰਮੇਸ਼ਨ ਲੈ ਦਿੰਦਾ, ਉਹ ਕਰਦੇ ਹਾਂ ਗੱਲਬਾਤ, ਦਿੰਦੇ ਹਾਂ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸ ਦਈਏ। ਨਾਮ ਸੋਨੀ ਹੈ ਜੀ। ਫੋਨ ਨੰਬਰ? ਫੋਨ ਨੰਬਰ 98-98-00-637। ਇੱਕ ਵਾਰੀ ਫੇਰ ਦੱਸ ਦੇ। 98-98-00-637। ਕਿੰਨਵਾਂ ਸੂਆ ਸੋਨੀ? ਤੇ ਦੂਜਾ ਆ ਗਏ। ਕਿੰਨਾ ਕੁ ਦੁੱਧ ਪਿਆ ਜੂ? ਦੁੱਧ ਕਰਦੇ 24-25 ਕਿਲੋ। ਮਗਰ ਕੀ ਆ? ਮਗਰ ਤਾਂ ਬੱਚਾ ਹੀ ਆ, ਕੱਢੀਏ ਬਾਹਰ ਨੂੰ। ਦੋਸਤੋ, ਮਗਰ ਮੇਲ ਕਾਫ ਬਛੜਾ 24-25 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ, ਦੂਜਾ ਸੂਆ। ਬਾਕੀ ਜਦੋਂ ਵਹਿੜ ਤੁਰੂ ਆਪ ਹੀ ਦੱਸੂ। ਹਵਾਨਾ ਬਹੁਤ ਸੋਹਣਾ, ਅਮਰੀਕਨ ਵਹਿੜ ਵਰਗਾ ਹਵਾਨਾ ਤਿਆਰ ਕੀਤਾ, ਪੱਟਾਂ 'ਚ ਫਸਿਆ ਪਿਆ, ਉੱਪਰੋਂ 1.25 ਫੁੱਟ ਵਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ। ਥਣ ਭਾਂਡੇ ਦੀ ਸਾਫ ਸੁਥਰੀ ਆ, ਕੋਈ ਵਾਧੂ ਫੋਟ ਨਹੀਂ, ਛਾਂਗ ਨਹੀਂ। ਦੋਸਤੋ, ਤਾਜ਼ੀ ਸੂਈ ਕਰਕੇ ਥੋੜ੍ਹਾ ਜਿਹਾ ਬੱਚੇ ਦਾ ਕਰਦੀ ਹੈ। ਥਣ ਬਹੁਤ ਚੰਗਾ, ਮੁੱਠੀ ਵਾਲਾ ਹੱਥੀ ਚਵਾਈ ਵਾਲਾ ਥਣ ਆ, ਭਾਵਾਂ ਅਗਲਾ ਹੱਥੀ ਚਵਾਈ ਕਰ ਲਏ, ਭਾਵਾਂ ਮਸ਼ੀਨ 'ਤੇ ਚਵਾਈ ਕਰ ਲਏ, ਥਣ ਦਾ ਸਾਈਜ਼ ਪੂਰਾ ਸੋਹਣਾ। 24-25 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ। ਬਾਕੀ ਦੁੱਧ ਵੀ ਮੱਝਾਂ ਵਰਗਾ ਉਹ ਚਿੱਟਾ, ਕਿਉਂਕਿ ਕੋਈ HF ਨਸਲ ਦੀ ਜਾਤ ਵਾਲੀ ਵਹਿੜ ਨਹੀਂ। ਚੋਣ ਚਾਣ ਬਾਈ ਦੱਸਦਾ ਬਹੁਤ ਚੰਗਾ, ਸੀਲ ਸਾਊ ਫੁੱਲ ਹੀ ਆ। ਬਾਕੀ ਤੁਸੀਂ ਸਕਰੀਨ 'ਤੇ ਵੇਖ ਹੀ ਰਹੇ ਹਾਂ, ਚਵਾਈ ਵੇਖ ਲਓ, ਪੂਰੀ ਚੰਗੀ ਮੋਟੀ ਧਾਰ ਆ। ਚਵਾਈ ਦੀ ਇੱਕ ਨੰਬਰ ਆ, ਕੋਈ ਭੂਰ ਨਹੀਂ, ਛਿੱਟਾ ਨਹੀਂ, ਕੱਦ ਘਾਟ ਵੱਡਾ ਹੀ ਆ, ਖੁੱਲ੍ਹੇ ਡੁੱਲੇ ਅੰਗਾਂ ਪੈਰਾਂ ਦੀ ਹੈ। ਬਾਕੀ ਥਾਂ ਤੁਹਾਨੂੰ ਨੇੜ ਤੋਂ ਬਹੁਤ ਚੰਗਾ, ਥਾਂ ਤਾਂ ਮੁੱਠੀ ਹੱਥੀ ਆ, ਚਵਾਈ ਵਾਲਾ, ਭਾਵਾਂ ਹੱਥੀ ਚਵਾਈ ਕਰ ਲਿਓ, ਭਾਵਾਂ ਮਸ਼ੀਨ 'ਤੇ ਚਵਾਈ ਕਰ ਲਿਓ। ਜੈਜ ਜਾ ਮੁੱਲ ਸੋਨੀ? ਇਹ 72,000 ਦੀ ਵੀਰੇ, ਮਾਨਤਾਨ ਹੋ ਜੂ, ਮਾਨਤਾਨ ਕਰਦਾ। ਦੋਸਤੋ, ਬਿਲਕੁਲ ਜੈਜ ਜੀ ਡਿਮਾਂਡ ਆ, 72,000 ਵਿੱਚੋਂ ਮੌਕੇ 'ਤੇ ਮਾਨਤਾਨ ਹੋ ਜੂ। ਸਿਆਲੋ ਸਿਆਲ ਕਰਮਾਂ ਵਾਲੀ ਵਧੀਆ ਦੁੱਧ ਪਿਆ ਜੂ, 24-25 ਕਿਲੋ ਦੁੱਧ ਬਹੁਤ ਹੁੰਦਾ, ਅਤੇ ਦੁੱਧ ਹੋਊ ਵੀ ਮੱਝਾਂ ਵਰਗਾ। 24-25 ਕਿਲੋ ਦੁੱਧ ਵਾਲੀ ਮੱਝ ਲੈਂਦੇ ਹਾਂ, ਪਹਿਲੀ ਗੱਲ ਤਾਂ ਛੇਤੀ ਮਿਲਦੀ ਨਹੀਂ, ਜੇ ਮਿਲ ਗਈ ਆਣ ਕੇ ਨਾ ਤਾਂ 2.5 ਲੱਖ ਤੋਂ ਘੱਟ ਨਹੀਂ ਮਿਲਦੀ। ਅਤੇ ਮੱਝਾਂ ਵਰਗਾ ਦੁੱਧ ਮੁੱਲ 72,000, ਉਹਦੇ 'ਚੋਂ ਮਾਨਤਾਨ ਵੀ ਹੋ ਜੂ। ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ, ਘਰੇ ਦੁੱਧ ਪੀਣ ਨੂੰ ਵੀ ਖੁੱਲ੍ਹਾ ਰਹੂ, ਅੱਧਿਓਂ ਜ਼ਿਆਦਾ ਦੁੱਧ ਡੈਰੀ 'ਚ ਵੀ ਪੈ ਜਾ ਕਰੂ, ਡੈਰੀ 'ਚੋਂ ਵੀ 10-15 ਚੰਗੀ ਆ ਜੂ, ਕਿਉਂਕਿ 24-25 ਕਿਲੋ ਦੁੱਧ ਬਹੁਤ ਹੁੰਦਾ। 5-7 ਕਿਲੋ ਦੁੱਧ ਅਗਲਾ ਘਰੇ ਰੱਖ ਲਏ, ਦੂਜਾ ਡੈਰੀ ਪਾ ਦੇ, ਐਰਕੀ ਦੇ ਸੂਏ 'ਚ ਆਪਦੇ ਪੈਸੇ ਪੂਰੇ ਕਰ ਜੂਗੀ। ਰੇਲ ਗੱਡੀ ਦੇ ਡੱਬੇ ਜਿੱਡੀ ਹੈ, ਉਸ ਤੋਂ ਤਾਜ਼ੀ ਸੂਈ ਕਰਕੇ ਨਵਾਈ ਨਹੀਂ, ਜੇ ਕਿਤੇ ਇਹੀ ਨਵਾਈ ਨਵਾਈ ਹੁੰਦੀ, ਸ਼ੈਂਪੂ ਸ਼ੈਂਪੂ ਮਾਰਿਆ ਹੁੰਦਾ ਅਤੇ ਚਮਕਦੀ ਹੋਣਾ ਸੀ ਵਹਿੜ ਨੇ, ਪਰ ਤਾਜ਼ੀ ਸੂਈ ਹੈ, ਤਾਜ਼ਾ ਸੂਆ ਤੁਹਾਨੂੰ ਪਤਾ ਹੀ ਆ, ਜਾਨਵਰ ਨਹਾਉਣਾ ਚੰਗਾ ਨਹੀਂ। ਬਾਕੀ ਫੋਨ ਨੰਬਰ ਸਕਰੀਨ 'ਤੇ ਚੱਲੀ ਜਾਂਦਾ, ਇੱਕ ਨਾਇਕ ਸੀ ਇਹਦੀ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ, ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ। ਫੋਨ ਨੰਬਰ ਸਕਰੀਨ 'ਤੇ ਚੱਲੀ ਜਾਂਦਾ, ਪਿੰਡ ਰੋਡੇ ਆ, ਜ਼ਿਲ੍ਹਾ ਮੋਗਾ, ਤਹਿਸੀਲ ਇਹਨੂੰ ਬਾਘਾ ਪੁਰਾਣਾ ਪੈਂਦੀ ਆ। ਬਾਕੀ ਫੋਨ ਨੰਬਰ ਸਕਰੀਨ 'ਤੇ ਹੀ ਆ, ਤੁਸੀਂ ਬਾਈ ਨਾਲ ਫੋਨ 'ਤੇ ਗੱਲਬਾਤ ਕਰ ਲਿਓ, ਪ੍ਰੋਪਰ ਤੁਹਾਨੂੰ ਐਡਰੈਸ ਸਮਝਾ ਦੂੰ। ਚੰਗੇ ਦੁੱਧ ਵਾਲੀ, ਦੂਜਾ ਸੂਆ, ਤਾਜ਼ੀ ਸੂਈ ਸਵਾਈ, ਵੱਡੀ ਵਹਿੜ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।